रहमान इब्राहिम अस्सलाम अलैकुम देख रहे हो तुसी करनाणा चैनल ते मैं तुहाडा मेज़बान हाजी इरफान भरावां वास्ते रोजाना की नवी ती नवी वीडियो लैके आ विदा इंशाल्लाह उम्मीद करना कि वीडियो तुहाडे पसंद आउंदी है लाइक भी कर दिओ शेयर भी कर दिओ सब तो पहले अपने चैनल करना है सबसक्राइब ते बैल आइकान का बटन जरूर दबाना ताकि साडी नवी वीडियो जिहड़ी है तुहाडे तक आसानी पहुंच सके लो जी बस सिलसिलेवार वीडियो है बुधवार की बनती है कामरान चेचिया जिला तहसील गुजरात पिंड दित्याल चेचिया तारीख अज बनती है 11 ते वार बनता है बुध का महीना पहला 2023 गावां ने चार एक पहला दो दूजना एक तरीजन चारे गावां सूई हैं अगली गलबात जी कामी को पूछने बाकी तुहाडे सामने आ जाएगी जिहड़ी भी होई अल्लाह खैर करे सारे भरावां दी मेहरबानी मुहब्बत दा शुक्रिया हो जी गुजर साहब वीडियो शुरू करिए अस्सलाम वालेकुम वालेकुम सलाम जी की हाल है जनाब गुजर साहब अल्लाह शुक्र है आई साहब तुसी सुनाओ गुजर साहब जानवर सोहणे ने लवे ठीक है जानवर चंगे हुंदे ने एहो ही की ख्याल है जा जा इंशाल्लाह अल्लाह ते पिछले जानवर जेड़े विके ने किथे किथे गए ने कोई याद है आई साहब दो दे गए ने अदर चकवाल अच्छा ठीक है एक है नाल डिंगिया दे नाल पिंडे जानी चक ਡਿੰਗਿਆਂ ਦੇ ਨਾਲ ਆ ਬਿਲਕੁਲ ਹੈ ਠੀਕ ਹੈ ਲੈਂਦੇ ਆ ਜਾਨੀ ਚੱਕ ਲੈਂਦੇ ਆ ਜਾਨੀ ਚੱਕ ਜੀ ਆ ਜਾ ਇੱਕ ਉੱਥੇ ਗਈ ਜੇ ਜੀ ਇੱਕ ਇਧਰ ਗਈ ਜੇ ਕਿ ਨਾਂ ਦਾ ਗੁਜਰਾਲ ਦਾ ਸ਼ਹੂਪੁਰਾ ਰੋਡ ਨਿਕਲਦਾ ਉੱਤੇ ਭਾਈ ਨੇ ਖੜੀ ਹੈ ਸਹੀ ਹੈ ਭਾਈ ਫੈਸਲ ਨੇ ਠੀਕ ਹੈ ਖਿਆਲੀ ਚੌਕ ਆ ਚਾਰੇ ਗਾਵਾਂ ਵੇਖੀ ਆ ਅੱਲਾ ਜੋ ਹੁਣ ਚਾਰ ਨੇ ਹੁਣ ਵੀ ਚਾਰ ਹੀ ਇੱਕ ਪਹਿਲਣ ਦੋ ਦੂਜਣਾ ਇੱਕ ਤਰੀਜਣ ਚਾਰੇ ਸੂਈਆਂ ਚਾਰੇ ਸੂਈ ਸ਼ੁਰੂ ਕਰੀਏ ਕਰੋ ਸ਼ੁਰੂ ਲਿਆਓ ਜੀ ਪੁੱਤਰ ਜੀ ਗਾਂ ਨੰਬਰ ਇੱਕ ਵਹਾਓ ਸਲੀ ਕਰਾਓ ਗਾਂ ਦੀ ਲੋ ਜੀ ਮੂੰਹ ਦੀ ਚੋਗੀ ਦੋਂਦੀ ਆਈ ਸਾਹਿਬ ਚੋਗੀ ਵੱਛੀ ਜੇ ਚਾਰ ਦੰਦ ਸੂਈ ਕਦੋਂ ਦੀ ਏ ਆਈ ਸਾਹਿਬ ਰਾਤੀ ਸੂਈ ਏ ਬੋਲੇ ਇੱਕ ਡੀ ਦੀ ਕੀ ਕਰਾਸ ਕੀ ਏ ਆਈ ਸਾਹਿਬ ਜਰਸੀ ਤੇ ਫ੍ਰੀਜੀਅਨ ਕਰਾਸ ਏ ਜਰਸੀ ਫ੍ਰੀਜੀਅਨ ਜਿਆਦ ਜਿਆਦ ਆਈ ਸਾਹਿਬ ਬੋਲ ਜਿਆਦ ਜਿਆਦ ਲਾਣੇ ਨੇ ਭਰਾ ਇਹ ਮناسب ਰੇਟ ਹੁੰਦੇ ਨੇ ਕਰਨਾਣੇ ਚੈਨਲ ਤੇ ਇਹ ਆਪਣਾ ਕਾਮਰਾਨ ਦੇ ਤੇ ਆਪਣਾ ਫਜ਼ਾਲ ਸ਼ਾਹ ਦੇ ਜਿਆਦ ਰੇਟ ਦੋਹਾਂ ਘਰਾਂ ਦੇ ਜੀ ਗਾਵਾਂ ਦੇ ਕੀ ਖਿਆਲ ਜੀ ਇੰਜ ਗੱਲ ਆਈ ਸਾਹਿਬ ਅੱਲਾ ਦੇ ਹੁਕਮ ਨਾਲ ਜਿਕਣ ਲੱਭੀਆਂ ਹੁੰਦੀਆਂ ਨੇ ਉਹ ਜੀ ਮਕੂਲ ਜਾਂ ਮਜ਼ਦੂਰੀ ਰੱਖ ਕੇ ਅਸੀਂ ਦੇਖਣ ਦੇ ਆ ਜੀ ਵੱਛਾ ਤੋਂ ਨਾਲ ਵੱਛੀ ਵੱਛੀ ਆਈ ਸਾਹਿਬ ਚੌਂ ਦੇ ਮਗਰ ਹੀ ਵੱਛੀਆਂ ਨੇ ਚਾਰੇ ਵੱਛੀਆਂ ਚਾਰੇ ਵੱਛੀਆਂ ਜਿੰਦਾਬਾਦ ਅੱਛਾ ਕੀ ਕੁਝ ਆਇਆ ਧਾਰਾ ਕਿਹੜੀਆਂ ਨੇ ਭਾਈ ਆਈ ਸਾਹਿਬ ਬੋਲੀ ਚੋਈ ਹੈ ਵੈੜੀ ਦੀ ਸ਼ਾਮੀ ਅੱਛਾ ਠੀਕ ਹੈ ਠੀਕ ਹੈ ਬੋਲੀ ਤਕਰੀਬਨ 11 ਕਿਲੋ ਚੋਈ ਹੈ ਅੱਛਾ ਠੀਕ ਹੈ ਠੀਕ ਹੈ ਦੂਸਰੀ ਚੁਆਈ ਇਹਦੇ ਕਰਨੀ ਹੈ ਸਹੀ ਹੈ ਮਗਰ ਵੱਛੀ ਜਿਹੜੀ ਰੈੱਡ ਫ੍ਰੀਜੀਅਨ ਦਿੱਤੀ ਸੀ ਕੀ ਮੁੱਲ ਕੀ ਲਾਣਾ ਜਿਹਦਾ ਆਈ ਸਾਹਿਬ ਮੁੱਲ ਤੇ ਵੈੜੀ ਦੇ ਜਿੰਨਾ ਦਿਲ ਲਾ ਲਈਏ ਕੋਈ ਬੰਦੇ ਠਾਕਣਾ ਨਹੀਂ ਪਰ ਅਸਾਂ ਉਹ ਹੀ ਕੰਮ ਕਰਨਾ ਹੈ ਜਿਆਦਾ ਜਿਆਦਾ ਭਰਾ ਤੇ ਪਸੰਦ ਆ ਜੇ ਨਾ 1,95,000 ਰੁਪਇਆ ਲਾ ਦੇ ਯਾਰ ਆਦੀਆਂ ਤੇ ਲਿਆਓ ਜੀ ਵੈੜੀ ਨੰਬਰ 2 ਲੋ ਜੀ ਦੂਜਣ ਇਹ ਦੋਵੇਂ ਦੂਜਣਾਂ ਦੇ ਤ੍ਰੀਜੇ ਸੂਏ ਵਾਲੀ ਐਂਡ ਤੇ ਬਹਾਨੇ ਆ ਵੱਛੀ ਦੇ ਬਗਰ ਲੋ ਜੀ ਚੋਹ ਦੀ ਵੱਛੀਆਂ ਜੀ ਜੀ ਯਾ ਇਹ ਕਦੋਂ ਦੀ ਸੂਈ ਹੈ ਇਹ ਰਾਤੀ ਆਈ ਸਾਹਿਬ ਸੂਈ ਹੈ ਵੀ ਰਾਤ ਦੀ ਸੂਈ ਕੱਚੀਆਂ ਨੇ ਸਾਰੀਆਂ ਇਹ ਰਾਤੀ ਤਕਰੀਬਨ 1.5 ਹੋ ਗਈ ਸ਼ੇਰ ਮੁਕੰਮਲ ਪੈ ਗਈ ਬਿਲਕੁਲ ਸਾਫ ਸੁਥਰੀ ਹੋ ਗਈ ਜੀ ਠੀਕ ਹੈ ਧਾਰਾ ਇਸ਼ਾਰਾ ਕੀ ਨੇ ਫਿਰ ਆਈ ਸਾਹਿਬ ਸਾਊ ਸੇਲ ਵੀ ਹੋਵੇ ਜੀ ਵੰਗੇ ਤੋਂ ਬਗੈਰ ਹੋਣ ਦੀ ਠੀਕ ਹੈ ਠੀਕ ਹੈ ਤੇ ਇਹਦੀ ਬੋਲੀ ਚੋਈ ਇਹਦੀ ਵੀ ਦੂਸਰੀ ਚੋਈ ਇਹਦੀ ਕਰਨੀ ਹੈ ਦੇ ਸਹੀ ਹੈ ਇਹਦੇ ਮਾਰ ਵੀ ਵੱਛੀ ਹੈ ਇਹਦੇ ਮਾਰ ਵੀ ਵੱਛੀ ਹੈ ਇਹਦਾ ਕੀ ਮੁੱਲ ਹੈ ਆਈ ਸਾਹਿਬ ਕਿਸੇ ਭਰਾ ਦੇ ਪਸੰਦ ਆ ਜੇ 1,70,000 ਦੀ ਵੈਰੀ ਦੇਉਂਦੇ ਆ 1,70,000 ਦੀ 1,70 ਠੀਕ ਹੈ ਲਿਆਓ ਜੀ ਅਗੇ ਵੈੜ ਨੰਬਰ 2 ਲਿਆਓ ਆਪਣਾ 3 ਲੋ ਜੀ ਕਾਮਰਾਨ ਚੇਚੀਆਂ ਜ਼ਿਲ੍ਹਾ ਤਹਿਸੀਲ ਗੁਜਰਾਤ ਪਿੰਡ ਦਿੱਤੇਵਾਲ ਚੇਚੀਆਂ ਹਾਂ ਵਾ ਕਾਮੀ ਵੈੜ ਨੰਬਰ 3 ਸੂਆ ਇਹਦਾ ਵੀ ਦੂਜਾ ਇਹਦਾ ਵੀ ਦੂਜਾ ਆਈ ਸਾਹਿਬ ਨਾਲ ਇਹਦੇ ਵੀ ਵੱਛੀ ਇਹ ਚੋਗੀ 6 ਦੇ ਦੰਦ ਇੱਕ ਫੁੱਟਿਆ ਦਾ ਵੀ ਠੀਕ ਹੈ ਸੂਆ ਦੂਜਾ ਹੈ ਦੂਸਰਾ ਸੂਆ ਯਾਰ ਆਦੀਆਂ ਤੇਰੇ ਤੇ ਅੱਛਾ ਵੰਗੇ ਸ਼ੰਗੇ ਦੀ ਕੋਈ ਲੋੜ ਬਿਲਕੁਲ ਵੰਗਾ ਨਹੀਂ ਨੇੜੇ ਵੀ ਕਰਨ ਦੀ ਲੋੜ ਨਹੀਂ ਆ ਥੱਲੇ ਬੱਚੇ ਥੱਲੇ ਕਰਨੇ ਨੇ ਥੱਲੇ ਬਾਲਟੀ ਧਰ ਦਿੱਤੇ ਠੀਕ ਹੈ ਤੇ ਕੀ ਕੋ ਧਾਰਾ ਇਸ਼ਾਰਾ ਨੇ ਸਾਹਿਬ ਇਹਦੇ ਕੋਲ ਦੋ ਚਵਾਈਆਂ ਨੇ ਕੱਟਣੀਆਂ ਨੇ ਇੱਕ ਥੜ ਬੱਚਿਆਂ ਨੂੰ ਛੱਡ ਕੇ 3.5 ਕਿਲੋ ਸ਼ਾਮੀ ਚ ਹੋਇਆ ਸਵੇਰੇ 4 ਕੁ ਸੇ ਚ ਹੋਇਆ ਜ਼ਿੰਦਾਬਾਦ ਮੁੱਲ ਕੀ ਹੈ ਦਾ ਆਈ ਸਾਹਿਬ ਕਿਸੇ ਭਰਾ ਦੇ ਪਸੰਦ ਆ ਜੇ 1,55,000 ਦੀ ਵੈੜੀ ਦੇ ਆਂਦੇ 1,55,000 ਦੀ 1,55 ਲਿਆਓ ਜੀ ਅਗੇ 4 ਨੰਬਰ ਵੈੜੀ ਜੀ ਸ਼ਾਮ ਸਾਹਿਬ ਦਾ ਡੇਰਾ ਕਿਹੜਾ ਜੀ ਐਸੇ ਆ ਜਾਂਦਾ ਲੋ ਜੀ ਵੈੜ ਨੰਬਰ 4 ਆ ਜੀ ਆਈ ਸਾਹਿਬ ਜਰਸੀ ਦੇ ਚੋਲਾ ਸਾਹਿਬ ਦੀ ਕਰਾਸ ਹੈ ਜਰਸੀ ਚੋਲਸਤਾਨੀ ਕਰਾਸ ਹੈ ਸੋਹਣੇ ਥਾਣੇ ਚੁਆ ਉਸ ਤੋਂ ਵੀ ਚੰਗਾ ਹੋਵੇਗਾ ਇਹਦਾ ਠੀਕ ਹੈ ਜਰਸੀ ਚੋਲਸਤਾਨੀ ਕਰਾਸ ਹਾਂਜੀ ਠੀਕ ਹੈ ਸੂਆ ਤੀਸਰੇ ਸੂਏ ਆਈ ਸਾਹਿਬ ਥਾਣ ਚੰਗਾ ਪਾਵਰਫੁਲ ਆ ਜਾ ਸਬਰ ਕਰਤਾ ਹੈ ਜਾ ਉਹ ਵੇੜੇ ਫੇਰ ਖੜੀ ਹੁੰਦੇ ਆਏ ਭਾਈ ਲੈਂਦਾ ਹੈ ਲੈਂਦਾ ਤੂੰ ਇਧਰ ਮਾਰ ਲੈ ਕੈਮਰਾ ਆ ਜਲਦੀ ਗਾ ਜਾ ਕੇ ਤੋਂ ਇਹ ਮਗਰ ਵੱਛੀ ਆਈ ਸਾਹਿਬ ਇਹਦੇ ਚਾਰੇ ਵੱਛੀ ਆ ਵੱਛੀ ਵਹਾ ਇਹਦੀ 4 ਨੰਬਰ ਆ ਜੀ ਜਾ ਜੀ ਤੇ ਉਹ ਵੀ ਸੀਲ ਸਾਹ ਹੋਵੇ ਜੀ
ਦਿਲ ਕਰੇ ਵੰਗਾ ਪਾਓ, ਦਿਲ ਕਰੇ ਨਾ ਪਾਓ ਕਿਸੇ ਭਰਾ ਦੇ। ਅੱਛਾ ਇਹਦਾ ਕੀ ਮੁੱਲ ਚਾਰ ਨੰਬਰ ਦਾ? ਭਾਈ ਸਾਹਿਬ ਮੁੱਲ ਦਾ ਜੋ ਕੁ ਲੈਣਾ ਹੈ ਨਾ, 1,60,000 ਰੁਪਈਆ ਦਾ ਲੈ ਲਵਾਂਗੇ। 1,60,000 ਰੁਪਈਆ? 1,60,000 ਸਾਰੀ ਟੀਮ ਨੂੰ ਸਲਾਮ ਹੈ। ਉਸ ਤੋਂ ਬਾਅਦ ਜਿਹੜੇ ਸਾਡੇ ਭਰਾ ਵੀਡੀਓ ਵੇਖਦੇ ਨੇ ਉਹਨਾਂ ਸਾਰਿਆਂ ਨੂੰ ਸਾਡੀ ਤਰਫੋਂ ਸਲਾਮ ਹੈ, ਨਾ ਸ਼ੁਕਰੀਆ ਉਹਨਾਂ ਦੀ ਜਿਹੜੇ ਸਾਨੂੰ ਯਾਦ ਕਰਦੇ ਨੇ। ਵੇਖੋ ਨਾ ਉਹਨਾਂ ਦੇ ਸਿਰ ਤੇ ਅਸਾਂ ਵੀ ਮਾਲ ਲਿਆਉਣਾ ਹੈ। ਜ਼ਿੰਦਾਬਾਦ। ਉਹਨਾਂ ਨੇ ਮਾਲ ਲੈਣਾ ਹੈ, ਅਸੀਂ ਉਹਨਾਂ ਨੂੰ ਦੇਣਾ ਜਾਇਜ਼ ਮਕੂਲ, ਤੇ ਨਵਾਂ ਫੇਰ ਲਿਆਉਣਾ ਨਵਾਂ ਅਸੀਂ ਤਾਂ ਹੀ ਫੇਰ ਲਿਆਉਣਾ। ਲੋ ਜੀ ਅੱਲਾ ਖੈਰ ਕਰੇ ਸਾਰਿਆਂ ਭਰਾਵਾਂ ਦੀ ਮਿਹਰਬਾਨੀ ਮੁਹੱਬਤ ਦਾ ਸ਼ੁਕਰੀਆ। ਜਿੱਥੇ ਜਿੱਥੇ ਭਰਾ ਵੀਡੀਓ ਵੇਖਦੇ ਹੋ ਕਮੈਂਟਸ ਵੀ ਕਰਦੇ ਹੋ, ਲਾਇਕ ਵੀ ਅੱਲਾ ਪਾਕ ਸਾਰਿਆਂ ਭਰਾਵਾਂ ਨੂੰ ਖੁਸ਼ ਰੱਖੇ, ਸਿਹਤ ਦੇ, ਤੰਦਰੁਸਤੀ ਦੇ, ਇਮਾਨ ਵਾਲੀ ਔਰ ਸਿਹਤ ਵਾਲੀ ਲੰਮੀ ਜ਼ਿੰਦਗੀ ਅੱਲਾ ਤਾਲਾ ਤੁਹਾਨੂੰ ਅਤਾ ਕਰੇ, ਰਹਿੰਦੀ ਦੁਨੀਆ ਤੱਕ ਭੇਜੀਓ। ਅੱਲਾ ਸੋਹਣੇ ਦੇ ਵਾਲੇ ਮੁਲਕੇ ਪਾਕਿਸਤਾਨ ਤੇ ਪਾਕ ਆਰਮੀ ਨੂੰ ਸਲਾਮਤ ਰੱਖੇ। ਅੱਲਾ ਦੀ ਜ਼ਾਤ, ਨਾਰੇ ਦੀ ਆਵੇ ਆਵਾਜ਼, ਤਾਜਦਾਰੇ ਖਤਮੇ ਨਬੂਵਤ, ਜ਼ਿੰਦਾਬਾਦ ਪਾਕਿਸਤਾਨ, ਜ਼ਿੰਦਾਬਾਦ।